ਅੱਜ ਇਹ ਬੱਸ ਸਟੈਂਡ ਜਿਸ ਤਰੀਕੇ ਨਾਲ ਸੁਣਨਾ ਪਿਆ, ਜਦੋਂ ਵੀ ਕੋਈ ਵੀ ਬੱਸ ਸਟੈਂਡ ਦੇ ਵਿੱਚ ਦਾਖਲ ਹੁੰਦਾ ਸੀ ਤੇ ਕੰਡਕਟਰਾਂ ਦੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚਦੀ ਸੀ, ਕਿਉਂਕਿ ਇੱਕ ਦੌਰ ਸੀ ਜਿਸ ਦੇ ਵਿੱਚ ਪ੍ਰਿੰਟ ਮੀਡੀਆ ਦਾ ਸਭ ਤੋਂ ਜ਼ਿਆਦਾ ਜ਼ੋਰ ਹੁੰਦਾ ਸੀ ਤੇ ਪ੍ਰਿੰਟ ਮੀਡੀਆ ਦੇ ਕੋਈ ਵੀ ਅਗਰ ਕੋਈ ਆਪਣੀ ਗੱਲ ਪਹੁੰਚਾਉਣਾ ਚਾਹੁੰਦਾ ਸੀ, ਕੋਈ ਪ੍ਰੈਸ ਨੋਟ ਦੇਣਾ ਚਾਹੁੰਦਾ ਸੀ, ਤਾਂ ਇਹਨਾਂ ਡੱਬਿਆਂ ਦੇ ਵਿੱਚ ਵੱਖਰੇ ਵੱਖਰੇ ਚੈਨਲ ਹੋ ਗਏ, ਵੱਖਰੇ ਵੱਖਰੇ ਅਖਬਾਰ ਹੋ ਗਏ, ਉਹ ਇਹਨਾਂ ਦੇ ਉੱਪਰ ਆਪਣੀ ਇੱਕ ਜਿਹੜੀ ਉਹ ਨੇਮ ਪਲੇਟ ਲਾ ਕੇ ਰੱਖਦੇ ਸੀ। ਆ ਕਿਰਾਣੇ ਦੀ ਦੁਕਾਨਾਂ ਹੁੰਦੇ ਸੀ, ਕੋਈ ਛੋਲੇ ਭਟੂਰੇ ਦੀ ਦੁਕਾਨ ਹੁੰਦੀ ਸੀ, ਛੋਲੇ ਭਟੂਰੇ ਖਾਂਦੇ ਸੀ, ਰੌਣਕ ਲੱਗੀ ਹੁੰਦੀ ਸੀ ਇਹਨਾਂ ਕੁਰਸੀਆਂ ਦੇ ਉੱਪਰ। ਕਈ ਵਾਰੀ ਕੰਡਕਟਰ ਬੈਠੇ ਹੁੰਦੇ ਸੀ, ਡਰਾਈਵਰ ਬੈਠੇ ਹੁੰਦੇ ਸੀ, ਔਰ ਬੱਸਾਂ ਨੂੰ ਬੈਠਣ ਦੇ ਲਈ ਸਵਾਰੀਆਂ ਨੂੰ ਹਾਕ ਮਾਰਦੇ ਹੁੰਦੇ ਸੀਗੇ। ਪਹਿਲਾਂ ਸੀਗਾ ਕਿ ਇੱਥੇ ਰੌਣਕਾਂ ਲੱਗੇ ਰਹਿੰਦੇ ਸੀ, ਹੁਣ ਸਾਧਨ ਵਿਹਲੇ ਬੈਠ ਕੇ ਟਾਈਮ ਕੱਢੀਦਾ। ਆ ਕਾਊਂਟਰ ਵੀ ਤੁਹਾਨੂੰ ਜ਼ਰੂਰ ਯਾਦ ਆਉਂਦਾ ਹੋਵੇਗਾ, ਜਦੋਂ ਆਪਣੀ ਬੱਸ ਦੀ ਟਿਕਟ ਕਟਾਉਣੀ ਹੋਵੇ ਤੇ ਪਹਿਲਾਂ ਇੱਥੇ ਖੜ ਕੇ ਟਿਕਟ ਕਟਾਉਣੀ ਪੈਂਦੀ ਸੀ। ਕੋਈ ਗੱਲ ਨਹੀਂ, ਇਹ ਬਸ ਬੱਸ ਸਟੈਂਡ ਚਲੇ ਗਏ, ਰੌਣਕਾਂ ਖਤਮ ਹੋ ਗਈਆਂ, ਕਾਰੋਬਾਰ ਖਤਮ ਹੋ ਗਿਆ। ਇੱਕ ਇਹ ਮਸ਼ੀਨ ਦੀ ਜ਼ਰੂਰ ਯਾਦ ਆਉਂਦੀ ਹੋਵੇ, ਲੋਕ ਇਸ ਮਸ਼ੀਨ ਨੂੰ ਅੱਜ ਜਦੋਂ ਕੈਮਰੇ ਜ਼ਰੀਏ ਨਾਲ ਦੇਖ ਰਹੇ ਹੋਣੇ ਤਾਂ ਉਹਨਾਂ ਨੂੰ ਇਹ ਸਮਝ ਆ ਗਈ ਹੋਣੀ ਕਿਹੜੀ ਮਸ਼ੀਨ ਹੈਗੀ ਹੈ, ਕਿ ਇਹਦੇ ਵਿੱਚ ਸਿੱਕਾ ਪਾਓ, ਸਿੱਕਾ ਪਾਉਣ ਦੇ ਕਰਕੇ ਤੁਹਾਡਾ ਵਜ਼ਨ ਜਿਹੜਾ ਉਹ ਕਿਤੇ ਨਾ ਕਿਤੇ ਇਸ ਮਸ਼ੀਨ ਦੇ ਵਿੱਚ ਆਉਂਦਾ ਸੀਗਾ। ਸੁਣਨਾ ਹੋ ਗਿਆ ਬ੍ਰਦਰ, ਅੱਧੇ ਦੁਕਾਨਦਾਰ ਭੱਜ ਗਏ। ਆ ਕਿਰਾਣੇ ਦੀਆਂ ਦੁਕਾਨਾਂ, ਆ ਇਨਕੁਆਇਰੀ ਦਫ਼ਤਰ ਵੀ ਤੁਹਾਨੂੰ ਯਾਦ ਹੋਵੇਗਾ, ਅਜੇ ਤੁਹਾਨੂੰ ਪੁਰਾਣੀ ਯਾਦਾਂ ਜਿਹੜੀਆਂ ਉਹ ਤਾਜ਼ੀ ਕਰਾ ਰਹੇ ਹੈਗੀਆਂ। ਇਹ ਸ਼ਾਹੀ ਸ਼ਹਿਰ ਪਟਿਆਲੇ ਦਾ ਉਹ ਬੱਸ ਸਟੈਂਡ ਸੀਗਾ ਜਦੋਂ ਪਹਿਲੀ ਵਾਰ 1992 ਦੇ ਵਿੱਚ ਬਣਿਆ, ਤੇ ਇਸੂ ਪਟਿਆਲਾ ਸ਼ਹਿਰ ਦਾ ਦਿਲ ਵੀ ਮੰਨਿਆ ਜਾਂਦਾ ਸੀ। ਉਹ ਚਹਿਲ ਪਹਿਲ ਵਾਲਾ ਬੱਸ ਸਟੈਂਡ ਅੱਜ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਿਲਕੁਲ ਸੁਨਸਾਨ ਪਿਆ ਹੈਗਾ, ਬਿਲਕੁਲ ਕੋਈ ਵੀ ਆਵਾਜ਼ ਜਿਹੜੀ ਇਸ ਬੱਸ ਸਟੈਂਡ ਦੇ ਵਿੱਚ ਨਹੀਂ ਹੈ। ਉਸ ਦਹਾਕੇ ਦੇ ਵਿੱਚ ਜਦੋਂ ਇਹ ਵੇਟਿੰਗ ਰੂਮ ਬਣਿਆ ਸੀ ਤਾਂ ਕਾਫੀ ਮਸ਼ਹੂਰ ਵੀ ਇਹ ਜਿਹੜਾ ਵੇਟਿੰਗ ਰੂਮ ਹੋਇਆ ਸੀਗਾ ਕਿ ਲੋਕਾਂ ਦੇ ਲਈ ਇੱਕ ਵੱਡੀ ਸੁਵਿਧਾ ਜਿਹੜੀ ਉਹ ਮਿਲੀ ਹੈਗੀ ਹੈ। ਇਹ ਦੁਕਾਨਾਂ ਸੀਗੀਆਂ, ਇਸ ਦੇ ਵਿੱਚ ਚਹਿਲ ਪਹਿਲ, ਲੋਕ ਤੁਹਾਨੂੰ ਆਵਾਜ਼ਾਂ ਮਾਰਦੇ, ਦੁਕਾਨਦਾਰ ਤੁਹਾਨੂੰ ਆਵਾਜ਼ਾਂ ਮਾਰਦੇ ਨਜ਼ਰ ਆਉਂਦੇ ਸੀ ਕਿ ਛੋਲੇ ਭਟੂਰੇ ਖਾ ਜਾਓ। ਹਾਲਾਤ ਇਸ ਬੱਸ ਸਟੈਂਡ ਦੇ ਜਿਹੜੇ ਉਹ ਦਿਖਾ ਰਿਹਾ, ਜਿਨ੍ਹਾਂ ਨੇ ਕਈਆਂ ਦੇ ਕਰੀਅਰ ਬਣਾਏ ਨੇ, ਕਈਆਂ ਦਾ ਇਤਿਹਾਸ ਬਣਾਇਆ। ਪਿੰਗਲਵਾੜੇ ਦਾ ਉਹ ਗੋਲਕ ਜਿਸ ਦੇ ਵਿੱਚ ਕਿਸੇ ਨੇ ਵੀ ਦਾਨ ਕਰਨਾ ਹੋਵੇ, ਇਹ ਕੁਰਸੀਆਂ ਤੁਹਾਨੂੰ ਕਾਫੀ ਯਾਦ ਕਰਾਉਂਦੀਆਂ ਹੋਣੀਆਂ, ਜਦੋਂ ਇਹ ਬੱਸਾਂ ਦੀ ਕੁਰਸੀਆਂ ਸੀਗੀਆਂ ਜਿੱਥੋਂ ਬਾਹਰ ਸੀਟਾਂ ਬਣਾ ਕੇ ਜਿਹੜੇ ਕੰਡਕਟਰ ਨੇ, ਡਰਾਈਵਰ ਨੇ ਉਹ ਬੈਠੇ ਹੁੰਦੇ ਸੀਗੇ। ਕਈਆਂ ਦਾ ਰੋਜ਼ਗਾਰ ਵੀ ਇਸ ਬੱਸ ਸਟੈਂਡ ਦੇ ਬੰਦ ਹੋਣ ਨਾਲ ਠੱਪ ਪੈ ਗਿਆ। ਸ਼ਹਿਰ ਦੀ ਚਹਿਲ ਪਹਿਲ ਜਿਹੜੀ ਉਹ ਬੰਦ ਹੋਈ ਹੈ, ਕਈਆਂ ਦੇ ਰੋਜ਼ਗਾਰ ਦੇ ਵਿੱਚ ਸਭ ਤੋਂ ਵੱਡਾ ਅਸਰ ਪਿਆ ਹੈਗਾ ਤੇ ਪੂਰਾ ਤਕਰੀਬਨ ਜਿਹੜਾ ਉਹ ਕੰਮਕਾਰ ਹੈ ਉਹ ਖਤਮ ਹੋ ਚੁੱਕਾ ਹੈਗਾ। ਸਾਰਾ ਮਾਈਨਸ ਗਿਆ ਸਿਸਟਮ, ਇਹ ਦੇਖਿਆ ਜਾਏ ਇਸ 'ਚ ਪਲੱਸ ਪੁਆਇੰਟ ਕੋਈ ਹੈ ਹੀ ਨਹੀਂ। ਪਹਿਲਾਂ ਪੂਰੀ ਰੌਣਕਾਂ ਲੱਗੀਆਂ ਰਹਿੰਦੀਆਂ ਸੀਗੀਆਂ, ਹੁਣ ਸਭ ਕੁਝ ਖਤਮ ਜਿਹਾ ਹੋ ਗਿਆ ਜਿਵੇਂ ਸੁਣ ਸੁਣਾਟਾ ਹੈ। ਕੀ ਪਟਿਆਲੇ ਦਾ ਬੱਸ ਸਟੈਂਡ ਪਟਿਆਲੇ ਦਾ ਦਿਲ ਮੰਨਿਆ ਜਾਂਦਾ ਹੈ? ਸ਼ਾਹੀ ਸ਼ਹਿਰ ਪਟਿਆਲਾ ਆਪਣੀ ਸ਼ਾਹੀ ਰਹਿਣ ਸਹਿਣ ਅਤੇ ਸ਼ਾਹੀ ਬੋਲੀ ਅਤੇ ਸ਼ਾਹੀ ਪਹਿਰਾਵੇ ਦੇ ਵਜੋਂ ਮੰਨਿਆ ਜਾਂਦਾ ਹੈ। ਸ਼ਾਹੀ ਸ਼ਹਿਰ ਦਾ ਜਦੋਂ ਨਾਮ ਸਾਹਮਣੇ ਆਉਂਦਾ ਹੈ ਤਾਂ ਸ਼ਾਹੀ ਉਹ ਦਿੱਤੀਆਂ ਇਮਾਰਤਾਂ ਵੀ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਨੇ, ਔਰ ਸ਼ਾਹੀ ਸ਼ਹਿਰ ਪਟਿਆਲੇ ਦੇ ਵਿੱਚ ਜਦੋਂ ਆਈਏ ਤਾਂ ਪੁਰਾਣੀਆਂ ਇਮਾਰਤਾਂ ਜ਼ਰੂਰ ਨਜ਼ਰ ਆਉਂਦੀਆਂ ਨੇ। ਕਾਫੀ ਸਾਰੀਆਂ ਯਾਦਾਂ, ਕਾਫੀ ਸਾਰੇ ਉਹ ਸ਼ਾਹੀ ਰਹਿਣ ਸਹਿਣ ਲੋਕਾਂ ਦੇ ਜੋ ਧਿਆਨ ਦੇ ਵਿੱਚ ਵੀ ਆਉਂਦੇ ਨੇ, ਲੇਕਿਨ ਉਹਨਾਂ ਲੋਕਾਂ ਨੂੰ ਅੱਜ ਉਸ ਪੁਰਾਣੇ ਬੱਸ ਸਟੈਂਡ ਦੀ ਯਾਦ ਵੀ ਆਉਂਦੀ ਹੋਣੀ ਜਿਸ ਦੀ ਇੱਕ ਆਪਣਾ ਹੀ ਇਤਿਹਾਸ ਸੀ। ਅੱਜ ਉਸ ਪੁਰਾਣੇ ਬੱਸ ਸਟੈਂਡ ਦੇ ਵਿੱਚ ਖੜੇ ਹਾਂ ਜਿਨ੍ਹਾਂ ਨੇ ਕਈ ਅਫਸਰ, ਕਈ ਵੱਡੇ ਅਧਿਕਾਰੀ, ਕਈ ਉਹ ਵੱਡੇ ਲੋਕ ਇੱਥੋਂ ਨਿਕਲੇ ਹੋਣੇ ਜੋ ਇਸ ਬੱਸ ਸਟੈਂਡਾਂ ਦੇ ਉੱਪਰ ਜਾ ਕੇ ਇਸ ਬੱਸ ਸਟੈਂਡ ਤੋਂ ਆਪਣੀ ਬੱਸ ਫੜਦੇ ਹੋਣੇ, ਪੰਜਾਬੀ ਯੂਨੀਵਰਸਿਟੀ ਪੜ੍ਹਦੇ ਹੋਣੇ, ਲੇਕਿਨ ਅੱਜ ਉਸ ਬੱਸ ਸਟੈਂਡ ਦੇ ਵਿੱਚ ਲੈ ਕੇ ਪਹੁੰਚੇ ਹਾਂ। ਕੱਲ੍ਹ ਤੁਹਾਨੂੰ ਉਹਨਾਂ ਪੁਰਾਣੀ ਯਾਦਾਂ ਦੇ ਵੀ ਜਾਣੂ ਕਰਾਵਾਂਗੇ, ਜਿਹੜੀਆਂ ਪੁਰਾਣੀਆਂ ਤੁਹਾਡੀਆਂ ਯਾਦਾਂ ਰਹੀਆਂ ਨੇ ਉਸ ਯਾਦਾਂ ਤਾਜ਼ੀਆਂ ਵੀ ਕਰਾਵਾਂਗੇ। ਇਸ ਸਮੇਂ ਪੁਰਾਣੇ ਬੱਸ ਸਟੈਂਡ ਦੇ ਵਿੱਚ ਮੌਜੂਦ ਹਾਂ, ਔਰ ਇਹ ਪੁਰਾਣਾ ਬੱਸ ਸਟੈਂਡ ਪਟਿਆਲਾ ਸ਼ਹਿਰ ਦਾ ਦਿਲ ਮੰਨਿਆ ਜਾਂਦਾ ਹੈਗਾ, ਔਰ ਲੇਕਿਨ ਅੱਜ ਇਸ ਪਟਿਆਲਾ ਸ਼ਹਿਰ ਦੇ ਇਸ ਪੁਰਾਣੇ ਬੱਸ ਸਟੈਂਡ ਨੂੰ ਤੁਸੀਂ ਵੇਖ ਰਹੇ ਹੋ, ਕਿਉਂਕਿ 1990 ਦਾ ਇਹ ਸ਼ੁਰੂ ਹੋਇਆ ਬੱਸ ਸਟੈਂਡ
ਜਿਸ ਦੇ ਵਿੱਚ 1900 ਦੇ ਵਿੱਚ ਪਹਿਲੀ ਬੱਸ ਦੀ ਸ਼ੁਰੂਆਤ ਹੋਈ ਸੀ ਇਸ ਬੱਸ ਸਟੈਂਡ ਦੇ ਵਿੱਚੋਂ। ਔਰ ਅੱਜ ਉਸ ਬੱਸ ਸਟੈਂਡ ਦਾ ਜੇਕਰ ਹਾਲਾਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿਸ ਤਰੀਕੇ ਦੇ ਹਾਲਾਤ ਇਸ ਬੱਸ ਸਟੈਂਡ ਦੇ ਬਣੇ ਹੋਏ ਨੇਗੇ। ਔਰ ਜਿਸ ਤਰੀਕੇ ਦੇ ਨਾਲ ਜਦੋਂ ਵੀ ਇੱਥੇ ਰੌਣਕ ਮੇਲਾ ਜਿਹੜਾ ਉਹ ਅਕਸਰ ਵੇਖਣ ਨੂੰ ਮਿਲਦਾ ਸੀ, ਲੋਕ ਜਦੋਂ ਬਾਹਰੋਂ ਆਉਂਦੇ ਸੀ ਅਤੇ ਇਸ ਬੱਸ ਸਟੈਂਡ ਦੇ ਵਿੱਚ, ਅੱਜ ਇਹ ਬੱਸ ਸਟੈਂਡ ਜਿਸ ਤਰੀਕੇ ਨਾਲ ਸੁਣਨਾ ਪਿਆ, ਜਦੋਂ ਵੀ ਕੋਈ ਵੀ ਬੱਸ ਸਟੈਂਡ ਦੇ ਵਿੱਚ ਦਾਖਲ ਹੁੰਦਾ ਸੀ ਅਤੇ ਕੰਡਕਟਰਾਂ ਦੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚਦੀ ਸੀ, ਬੱਸ ਸਟੈਂਡ ਦੇ ਦਾਖਲ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਆਵਾਜ਼ ਬਾਹਰ ਪਤਾ ਲੱਗ ਜਾਂਦੀ ਸੀ ਕਿ ਬਠਿੰਡੇ ਵਾਲੀ ਬੱਸ ਕਿੱਥੇ ਜਾ ਰਹੀ ਹੈ ਅਤੇ ਪਟਿਆਲੇ ਵਾਲੀ ਕਿਹੜੇ ਪਾਸੇ ਜਾ ਰਹੀ ਹੈ। ਤਮਾਮ ਚੀਜ਼ਾਂ ਹੁੰਦੀਆਂ ਸੀਗੀਆਂ। ਕੁਝ ਪੱਤਰਕਾਰਤਾ ਦੇ ਵਿੱਚ ਵੀ ਯਾਦਾਂ ਜ਼ਰੂਰ ਤਾਜ਼ੀਆਂ ਹੁੰਦੀਆਂ ਨੇ, ਕਿਉਂਕਿ ਇੱਕ ਦੌਰ ਸੀ ਜਿਸ ਦੇ ਵਿੱਚ ਪ੍ਰਿੰਟ ਮੀਡੀਆ ਦਾ ਸਭ ਤੋਂ ਜ਼ਿਆਦਾ ਜ਼ੋਰ ਹੁੰਦਾ ਸੀ ਅਤੇ ਪ੍ਰਿੰਟ ਮੀਡੀਆ ਦੇ ਕੋਈ ਵੀ ਅਗਰ ਕੋਈ ਆਪਣੀ ਗੱਲ ਪਹੁੰਚਾਉਣਾ ਚਾਹੁੰਦਾ ਸੀ, ਕੋਈ ਪ੍ਰੈਸ ਨੋਟ ਦੇਣਾ ਚਾਹੁੰਦਾ ਸੀ, ਤਾਂ ਇਹਨਾਂ ਡੱਬਿਆਂ ਦੇ ਵਿੱਚ ਵੱਖਰੇ ਵੱਖਰੇ ਚੈਨਲ ਹੋ ਗਏ, ਵੱਖਰੇ ਵੱਖਰੇ ਅਖਬਾਰ ਹੋ ਗਏ, ਉਹ ਇਹਨਾਂ ਦੇ ਉੱਪਰ ਆਪਣੀ ਇੱਕ ਜਿਹੜੀ ਉਹ ਨੇਮ ਪਲੇਟ ਲਾ ਕੇ ਰੱਖਦੇ ਸੀ। ਕੋਈ ਵੀ ਆਉਂਦਾ ਸੀ ਆਪਣਾ ਪ੍ਰੈਸ ਨੋਟ ਜੇਕਰ ਵਿਦਡਰਾਅ ਕਰਨਾ ਹੋਵੇ ਤਾਂ ਉਹ ਇਸਦੇ ਉੱਪਰ ਜਾ ਕੇ ਦੇ ਕੇ ਚਲਾ ਜਾਂਦਾ ਸੀ, ਡਰਾਅ ਕਰਕੇ ਚਲਾ ਜਾਂਦਾ ਸੀ, ਔਰ ਉਸ ਤੋਂ ਬਾਅਦ ਉਸਦੀਆਂ ਖਬਰਾਂ ਪਹੁੰਚ ਜਾਂਦੀਆਂ ਸੀਗੀਆਂ। ਆਹ ਕਿਰਾਣੇ ਦੀ ਦੁਕਾਨਾਂ ਹੁੰਦੇ ਸੀ, ਕੋਈ ਛੋਲੇ ਭਟੂਰੇ ਦੀ ਦੁਕਾਨ ਹੁੰਦੀ ਸੀ, ਛੋਲੇ ਭਟੂਰੇ ਖਾਂਦੇ ਸੀ, ਰੌਣਕ ਲੱਗੀ ਹੁੰਦੀ ਸੀ ਇਹਨਾਂ ਕੁਰਸੀਆਂ ਦੇ ਉੱਪਰ। ਕਈ ਵਾਰੀ ਕੰਡਕਟਰ ਬੈਠੇ ਹੁੰਦੇ ਸੀ, ਡਰਾਈਵਰ ਬੈਠੇ ਹੁੰਦੇ ਸੀ, ਔਰ ਬੱਸਾਂ ਨੂੰ ਬੈਠਣ ਦੇ ਲਈ ਸਵਾਰੀਆਂ ਨੂੰ ਹਾਕ ਮਾਰਦੇ ਹੁੰਦੇ ਸੀਗੇ, ਅਤੇ ਤਸਵੀਰ ਉਹਨਾਂ ਦੀ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ। ਔਰ ਲੋਕਾਂ ਨੂੰ ਅੱਜ ਇਹ ਜਾਣ ਕੇ ਪੁਰਾਣੀਆਂ ਯਾਦਾਂ ਕਾਫੀ ਤਾਜ਼ੀਆਂ ਹੋਣਗੀਆਂ, ਕਿਉਂਕਿ ਸ਼ਾਹੀ ਸ਼ਹਿਰ ਪਟਿਆਲੇ ਦੇ ਨਾਲ ਕਈਆਂ ਦੀ ਯਾਦਾਂ ਜੁੜੀਆਂ ਹੋਈਆਂ ਨੇ, ਔਰ ਇਸ ਬੱਸ ਸਟੈਂਡ ਦੇ ਨਾਲ ਖਾਸ ਤੌਰ 'ਤੇ ਜੁੜੀਆਂ ਹੋਈਆਂ ਨੇ, ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ ਹੈ, ਮਹਿੰਦਰਾ ਕਾਲਜ ਤੋਂ ਆਪਣੀ ਪੜ੍ਹਾਈ ਕੀਤੀ ਹੈ, ਸਪੋਰਟਸ ਕਾਲਜ ਤੋਂ ਆਪਣੀ ਪੜ੍ਹਾਈ ਕੀਤੀ ਹੈ, ਜਾਂ ਕੰਮਾਂ ਕਾਰਨ ਦੇ ਤੌਰ ਦੇ ਉੱਪਰ ਬੱਸ ਸਟੈਂਡ ਦੇ ਉੱਪਰ ਪਹੁੰਚੇ ਸੀ, ਬੱਸਾਂ ਦੀ ਸਵਾਰੀ ਕੀਤੀ ਹੈ, ਉਹਨਾਂ ਲੋਕਾਂ ਨੂੰ ਅਜੇ ਬੱਸ ਸਟੈਂਡ ਜ਼ਰੂਰ ਯਾਦ ਆ ਜਿਹੜਾ ਆਉਂਦਾ ਹੋਵੇਗਾ। ਔਰ ਖਾਸ ਤੌਰ 'ਤੇ ਕਈਆਂ ਦੇ ਇਸ ਤੋਂ ਸਫ਼ਰ ਅੱਜ ਸਿਖਰਾਂ ਤੱਕ ਨੇ, ਕਈ ਵੱਡੇ ਵੱਡੇ ਅਧਿਕਾਰੀ ਵੀ ਨੇ, ਕਈ ਵੱਡੇ ਮੰਤਰੀ ਵੀ ਜਿਹੜੇ ਨੇ ਉਹ ਬਣੇ ਨੇ। ਔਰ ਦੂਸਰੀ ਜਗ੍ਹਾ 'ਤੇ ਜੇਕਰ ਇਹਦੇ ਇਤਿਹਾਸ ਦਾ ਜ਼ਿਕਰ ਕੀਤਾ ਜਾਵੇ ਤਾਂ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਨਜ਼ਰ ਆਉਂਦੀਆਂ ਨੇ। ਇਹ ਹਿਦਾਇਤਾਂ ਵੀ ਜ਼ਰੂਰ ਨਜ਼ਰ ਆਉਂਦੀਆਂ ਹੋਣਗੀਆਂ ਕਿ ਬੱਸ ਸਟੈਂਡ ਵਾਲੇ ਜਿਸ ਤਰੀਕੇ ਦੀ ਹਿਦਾਇਤਾਂ ਦਿੰਦੇ ਸੀਗੇ। ਆਹ ਕੁਰਸੀਆਂ ਵੀ ਖਾਸ ਤੌਰ 'ਤੇ ਤੁਹਾਨੂੰ ਯਾਦ ਆਈਆਂ ਹੋਣੀਆਂ ਕਿ ਜਦੋਂ ਆਪਣੀ ਬੱਸ ਨੂੰ ਉਡੀਕਦੇ ਹੋਏ ਇੱਥੇ ਬਹਿੰਦੇ ਹੁੰਦੇ ਸੀ ਕਿ ਕਦੋਂ ਸਾਡੀ ਬੱਸ ਆਵੇ ਅਤੇ ਕਦੋਂ ਅਸੀਂ ਜਿਹੜਾ ਆਪਣੇ ਮੰਜ਼ਿਲ ਤੱਕ ਪਹੁੰਚ ਸਕੀਏ। ਆਹ ਕਾਊਂਟਰ ਵੀ ਤੁਹਾਨੂੰ ਜ਼ਰੂਰ ਯਾਦ ਆਉਂਦਾ ਹੋਵੇਗਾ, ਜਦੋਂ ਆਪਣੀ ਬੱਸ ਦੀ ਟਿਕਟ ਕਟਾਉਣੀ ਹੋਵੇ ਤਾਂ ਪਹਿਲਾਂ ਇੱਥੇ ਖੜ੍ਹ ਕੇ ਜਿਹੜੀ ਉਹ ਟਿਕਟ ਕਟਾਉਣੀ ਪੈਂਦੀ ਸੀ ਕਿ ਆ ਕੇ ਕਿ ਮੇਰੀ ਬੱਸ ਕਿਹੜੀ ਆ ਰਹੀ ਹੈਗੀ ਆ, ਅਤੇ ਉਹ ਉਸਦੇ ਲਈ ਵੀ ਇਹ ਖਾਸ ਤੌਰ 'ਤੇ ਇਹ ਵੀ ਤੁਹਾਨੂੰ ਯਾਦ ਆਉਂਦਾ ਹੋਵੇਗਾ। ਆਹ ਪਾਣੀ ਪੀਣ ਦੀ ਜਗ੍ਹਾ ਹੁੰਦੀ ਸੀ ਬੱਸ ਸਟੈਂਡ ਦੀ, ਉਹ ਵੀ ਤੁਹਾਨੂੰ ਯਾਦ ਆਉਂਦੀ ਹੋਵੇਗੀ। ਔਰ ਪੁਰਾਣੇ ਦੌਰ ਦੇ ਵਿੱਚ ਪੁਰਾਣੇ ਜਦੋਂ ਵੀ ਕਈ ਲੋਕਾਂ ਨੂੰ ਜਦੋਂ ਉਸ ਚੀਜ਼ ਦੀ ਯਾਦ ਆਉਂਦੀ ਹੈ, ਇੱਕ ਇਹ ਮਸ਼ੀਨ ਦੀ ਜ਼ਰੂਰ ਯਾਦ ਆਉਂਦੀ ਹੋਵੇ। ਲੋਕ ਇਸ ਮਸ਼ੀਨ ਨੂੰ ਅੱਜ ਜਦੋਂ ਕੈਮਰੇ ਜ਼ਰੀਏ ਨਾਲ ਦੇਖ ਰਹੇ ਹੋਣੇ ਤਾਂ ਉਹਨਾਂ ਨੂੰ ਇਹ ਸਮਝ ਆ ਗਈ ਹੋਣੀ ਕਿਹੜੀ ਮਸ਼ੀਨ ਹੈਗੀ ਹੈ, ਕਿ ਇਹਦੇ ਵਿੱਚ ਸਿੱਕਾ ਪਾਓ, ਸਿੱਕਾ ਪਾਉਣ ਦੇ ਕਰਕੇ ਤੁਹਾਡਾ ਵਜ਼ਨ ਜਿਹੜਾ ਉਹ ਕਿਤੇ ਨਾ ਕਿਤੇ ਇਸ ਮਸ਼ੀਨ ਦੇ ਵਿੱਚ ਆਉਂਦਾ ਸੀਗਾ। ਲਾਈਟਾਂ ਜਗਮਗਾਉਂਦੀਆਂ ਸੀਗੀਆਂ, ਸਭ ਕੁਛ ਜਿਹੜਾ ਵੇਖਣ ਨੂੰ ਜਿਹੜਾ ਆਪਣਾ ਵਜ਼ਨ ਜਿਹੜਾ ਵੇਖਣ ਨੂੰ ਮਿਲਦਾ ਸੀ, ਔਰ ਕਾਫੀ ਖੂਬਸੂਰਤ ਇਹ ਪੁਰਾਣੇ ਦੌਰ ਦੇ ਵਿੱਚ ਲੱਗਦੀ ਸੀਗੀ। ਅੱਜ ਉਸ ਵਿਰਸੇ ਅੱਜ ਉਹ ਪੁਰਾਣੀ ਚੀਜ਼ਾਂ ਦੇ ਨਾਲ ਤੁਹਾਨੂੰ ਜਾਣੂ ਕਰਾ ਰਿਹਾ ਹੈਗਾ। ਆਹ ਕਿਰਾਣੇ ਦੀਆਂ ਦੁਕਾਨਾਂ, ਆ ਇਨਕੁਆਇਰੀ ਦਫ਼ਤਰ ਵੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਵੀ ਕੋਈ ਬੱਸ ਸਟੈਂਡ ਬੱਸ ਲੈਣ ਆਉਂਦਾ ਸੀ ਅਤੇ ਆਪਣੀ PRTC ਦੀ ਬੱਸ ਦੇ ਜੇਕਰ ਪੁੱਛਣਾ ਹੋਵੇ ਤਾਂ ਉਹ ਇਸ ਬੱਸ ਦੀ ਸੀਟ ਤੱਕ ਆ ਕੇ ਇੱਥੇ ਡਰਾਈਵਰ ਬੈਠੇ ਹੁੰਦੇ, ਕੰਡਕਟਰ ਬੈਠੇ ਹੁੰਦੇ, ਤਮਾਮ ਜਿਹੜੇ ਮੁਲਾਜ਼ਮ ਬੈਠੇ ਹੁੰਦੇ ਸੀ ਉਹਨਾਂ ਤੋਂ ਪੁੱਛਦਾ ਸੀਗਾ ਕਿ ਆਹ ਮੇਰੀ ਬੱਸ ਕਦੋਂ ਆਉਣੀ ਹੈਗੀ ਹੈ। ਇਨਕੁਆਇਰੀ ਦਫ਼ਤਰ ਵੀ ਅੱਗੇ ਬਣਿਆ ਹੋਇਆ, ਇਨਕੁਆਇਰੀ ਦਫ਼ਤਰ ਦੇ ਵਿੱਚ ਵੀ
ਜਦੋਂ ਵੀ ਪੁੱਛਣਾ ਕਿ ਕਾਸੂ ਕਦੋਂ ਇਹ ਬੱਸ ਆਉਣੀ, ਕਿਤੇ ਵੀ ਸ਼ਡਿਊਲ ਆਉਣਾ, ਅਜੇ ਤੁਹਾਨੂੰ ਪੁਰਾਣੀ ਯਾਦਾਂ ਜਿਹੜੀਆਂ ਉਹ ਤਾਜ਼ੀ ਕਰਾ ਰਹੇ ਹੈਗੀਆਂ, ਇਸ ਨਾਲ ਥੋੜ੍ਹੀ ਥੋੜ੍ਹੀ ਗੱਲ ਉਹਦੇ ਨਾਲ ਵੀ ਰਿਲੇਟਡ ਕਰਾਂਗੇ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਬੱਸ ਸਟੈਂਡ ਦਾ ਇਤਿਹਾਸ ਰਿਹਾ, ਇਹ ਸ਼ਾਹੀ ਸ਼ਹਿਰ ਪਟਿਆਲੇ ਦਾ ਉਹ ਬੱਸ ਸਟੈਂਡ ਸੀਗਾ ਜਦੋਂ ਪਹਿਲੀ ਵਾਰ 1992 ਦੇ ਵਿੱਚ ਬਣਿਆ, ਪਹਿਲੀ ਬੱਸ ਇੱਥੇ ਚੱਲਦੀ ਹੈ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਵੱਧਦਾ ਜਾਂਦਾ ਕੰਮ, ਅਤੇ 1950 ਦੇ ਕਰੀਬ ਜਿਹੜੀ ਆ ਉਹ ਬਾਹਰਲੀ ਸਰਵਿਸ ਸ਼ੁਰੂ ਹੋ ਜਾਂਦੀ ਹੈ। ਇਸ ਬੱਸ ਸਟੈਂਡ ਨੂੰ ਇਸ ਕਰਕੇ ਵੀ ਖਾਸ ਤੌਰ 'ਤੇ ਮੰਨਿਆ ਜਾਂਦਾ ਸੀ ਕਿਉਂਕਿ ਉਸ ਦਹਾਕੇ ਦੇ ਵਿੱਚ ਇਸ ਬੱਸ ਸਟੈਂਡ ਦੀ ਪਹੁੰਚ ਏਅਰਪੋਰਟ ਤੱਕ ਸਭ ਤੋਂ ਕਰੀਬ ਸੀਗੀ। ਇਹ 70 ਕਿਲੋਮੀਟਰ ਇੱਥੋਂ ਏਅਰਪੋਰਟ ਜਿਹੜਾ ਉਹ ਮੰਨਿਆ ਜਾਂਦਾ ਸੀ ਕਿ ਏਅਰਪੋਰਟ ਇਸ ਬੱਸ ਸਟੈਂਡ ਤੋਂ ਸਭ ਤੋਂ ਕਰੀਬ ਜਿਹੜਾ ਉਹ ਬੱਸ ਸਟੈਂਡ ਸੀਗਾ, ਔਰ ਉਸਦੇ ਵਿੱਚ ਕਿਸੇ ਨੇ ਵੀ ਫਲਾਈਟ ਲੈਣੀ ਹੋਵੇ ਤਾਂ ਉਹ ਜਲਦੀ ਜਿਹੜਾ ਉਸ ਤੱਕ ਪਹੁੰਚ ਸਕਦਾ ਸੀਗਾ। ਔਰ ਖਾਸ ਤੌਰ 'ਤੇ ਇਸ ਨੂੰ ਪਟਿਆਲਾ ਸ਼ਹਿਰ ਦਾ ਦਿਲ ਵੀ ਮੰਨਿਆ ਜਾਂਦਾ ਸੀ, ਔਰ ਅੱਜ ਵੀ ਜੇਕਰ ਅੱਜ ਲੋਕ ਇਸ ਨੂੰ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋਣਗੇ ਤਾਂ ਉਹਨਾਂ ਨੂੰ ਆਪਣੀ ਉਹ ਪੁਰਾਣੀਆਂ ਯਾਦਾਂ ਜ਼ਰੂਰ ਤਾਜ਼ੀਆਂ ਹੋ ਰਹੀਆਂ ਹੋਣਗੀਆਂ ਕਿ ਪਟਿਆਲੇ ਦੇ ਬੱਸ ਸਟੈਂਡ ਦੇ ਵਿੱਚ ਸਵਾਰੀ ਕੀਤੀ ਸੀ, ਪਟਿਆਲੇ ਤੋਂ ਬੱਸ ਫੜੀ ਸੀ, ਕਿਸੇ ਨਾ ਕਿਸੇ ਕੰਮ ਲਈ ਉਹ ਪਟਿਆਲੇ ਦੇ ਵਿੱਚ ਪਹੁੰਚੇ ਸੀ, ਅਤੇ ਉਹਨਾਂ ਨੂੰ ਇਸ ਜਗ੍ਹਾ ਦੇ ਉੱਪਰ ਉਹ ਖਾਸ ਤੌਰ 'ਤੇ ਜਿਹੜੀ ਹੈ ਸਵਾਰੀ ਕਰਨ ਦੇ ਲਈ, ਬੱਸਾਂ ਫੜਨ ਦੇ ਲਈ ਜਿਹੜੇ ਉਹ ਪਹੁੰਚੇ ਸੀ। ਅਤੇ ਇਹ ਉਹ ਕੁਰਸੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਉਹ ਰੌਣਕ ਉਹ ਚਹਿਲ ਪਹਿਲ ਵਾਲਾ ਬੱਸ ਸਟੈਂਡ ਅੱਜ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਿਲਕੁਲ ਸੁੰਨਸਾਨ ਪਿਆ ਹੈਗਾ, ਬਿਲਕੁਲ ਕੋਈ ਵੀ ਆਵਾਜ਼ ਜਿਹੜੀ ਇਸ ਬੱਸ ਸਟੈਂਡ ਦੇ ਵਿੱਚ ਨਹੀਂ ਹੈ। ਜਦੋਂ ਵੀ ਬੱਸ ਸਟੈਂਡ ਦੇ ਵਿੱਚ ਦਾਖਲ ਹੁੰਦੇ ਸੀ ਤਾਂ ਆਵਾਜ਼ਾਂ ਜਿਹੜੀਆਂ ਨੇ ਉਹ ਕੰਡਕਟਰਾਂ ਦੀ ਜਿਹੜੀ ਉਹ ਵੇਖਣ ਨੂੰ ਮਿਲਦੀ ਸੀਗੀ। ਔਰ ਸਭ ਤੋਂ ਵੱਡੀ ਗੱਲ ਅੱਜ ਜਦੋਂ ਇਸ ਦੇ ਨਾਲ ਜ਼ਿਕਰ ਕੀਤਾ ਜਾਵੇ, ਯਾਦਾਂ ਦਾ ਤਾਂ ਜ਼ਿਕਰ ਹੈ ਹੀ ਹੈ ਕਿ ਲੋਕ ਕਿਸ ਤਰੀਕੇ ਦੇ ਨਾਲ ਬੱਸ ਸਟੈਂਡਾਂ ਦੇ ਵਿੱਚ ਇਸ ਬੱਸ ਸਟੈਂਡ ਦੇ ਨਾਲ ਖਾਸ ਤੌਰ 'ਤੇ ਲੋਕਾਂ ਦੀ ਯਾਦਾਂ ਜੁੜੀਆਂ ਨੇ ਜਿਨ੍ਹਾਂ ਲੋਕਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕੀਤੀ ਹੈ, ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਜਿਹੜੇ ਟੀਚਰ ਨੇ ਉਹ ਖਾਸ ਤੌਰ 'ਤੇ ਕੋਈ ਬਾਹਰੋਂ ਆਉਂਦਾ ਸੀ ਅਤੇ ਕੋਈ ਬਾਹਰੋਂ ਪੜ੍ਹਾਈ ਕਰਨ ਦੇ ਲਈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰਹਿੰਦਾ ਸੀ, ਹੋਸਟਲਾਂ ਦੇ ਵਿੱਚ ਰਹਿੰਦਾ ਸੀ, ਔਰ ਬਜ਼ਾਰ